ਗੁਰਗਰਾਉਂ ਚ ਸਰਦਰ ਥਾਣੇ ਦੇ ਨੇੜੇ ਬਣੇ ਕਣਕ ਦੇ ਗੋਦਾਮਾਂ ਵਿੱਚ ਦੁਬਾਰਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਗੋਦਾਮ ਦੇ ਮੈਨੇਜਰ ਨੇ ਦੱਸਿਆ ਕਿ ਇੱਥੇ ਚੌਥੀ ਵਾਰ ਕਣਕ ਦੀ ਚੋਰੀ ਹੋਈ ਹੈ ਅਤੇ ਪਹਿਲਾਂ ਵੀ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਪਰ ਕੋਈ ਸੁਰਾਗ ਨਹੀਂ ਮਿਲਿਆ ਅਤੇ ਨਾ ਕੋਈ ਕਾਰਵਾਈ ਕੀਤੀ ਗਈ ਹੈ। ਮੈਨੂੰ ਸਵੇਰ ਹੀ ਚੌਕੀਦਾਰ ਦਾ ਫੋਨ ਆਇਆ ਸੀ ਜੀ, ਆਪਣੇ ਜਿਹੜੇ ਸਿਕਿਉਰਿਟੀ ਗਾਰਡ ਹੈ ਜੀ, ਤੇ ਇਹਨਾਂ ਨੇ ਕਿਹਾ ਜੀ ਇਦਾਂ ਦੀ ਗੱਲਬਾਤ ਹੋ ਗਈ ਆ। ਫਿਰ ਮੈਂ ਹੁਣ ਪਹੁੰਚਿਆ ਕੇ ਮੌਕਾ ਦੇਖਿਆ, ਫਿਰ ਤੁਹਾਨੂੰ ਮੈਂ ਬੁਲਾਇਆ, ਪੁਲਿਸ ਨੂੰ ਵੀ ਮੈਂ ਇਨਫੋਰਮ ਕਰਤਾ ਹੈ ਜੀ। ਹਾਂਜੀ, ਤੇ ਸਰ ਇਹ ਚੋਰੀ ਕੋਈ ਪਹਿਲਾਂ ਵੀ ਹੋ ਚੁੱਕੀ ਹੈ ਜੀ? ਸਰ 2-3 ਵਾਰ ਪਹਿਲਾਂ ਵੀ ਹੋ ਚੁੱਕੀ ਹੈ। ਤੇ ਤੁਸੀਂ ਪੁਲਿਸ ਕੰਪਲੇਂਟ ਪਾਈ ਆ? ਜੀ ਬਿਲਕੁਲ ਪਾਈ ਆ ਜੀ। ਉਹਦਾ ਕੋਈ ਰਿਜ਼ਲਟ? ਸਰ ਕੋਈ ਰਿਜ਼ਲਟ ਨਹੀਂ ਨਿਕਲਿਆ ਉਹਦਾ। ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ? ਨਾ ਜੀ, ਉਹ ਤਾਂ ਕੋਈ। ਹੁਣ ਤੁਸੀਂ ਕਰਤੀ ਆ ਪੁਲਿਸ ਨੂੰ ਫੋਨ ਕਰਤਾ ਜੀ? ਹਾਂਜੀ, ਪੁਲਿਸ ਨੂੰ ਫੋਨ ਕਰਤਾ ਹੈ, ਉਹਨਾਂ ਦਾ ਮੈਨੂੰ ਫੋਨ ਵੀ ਆ ਗਿਆ, ਅਸੀਂ ਆ ਰਹੇ ਹਾਂ ਜੀ। ਕਿੰਨੀ ਦੇਰ ਤੇ ਕਰਾ ਰਿਹਾ ਜੀ ਉਹ? ਉਹਨਾਂ ਮੈਨੂੰ ਕਿਹਾ 10 ਮਿੰਟ 'ਚ ਪਹੁੰਚ ਰਹੇ ਹਾਂ ਜੀ। ਜਿਹੜਾ ਅੱਜ ਦਾ ਤੁਹਾਡਾ ਕੋਈ ਨੁਕਸਾਨ ਕਿੰਨਾ ਕੁ ਹੋਇਆ ਤੁਹਾਡੇ ਮੁਤਾਬਕ? ਸਰ ਅਜੇ ਤੱਕ ਅਸੀਂ ਗੋਦਾਮ ਖੋਲ੍ਹ ਕੇ ਚੈੱਕ ਨਹੀਂ ਕੀਤੇ, ਕਿਉਂ ਅਸੀਂ ਇਸ ਕਰਕੇ ਹੱਥ ਨਹੀਂ ਲਾਇਆ ਵੀ ਪੁਲਿਸ ਕਹੇਗੀ ਤੁਸੀਂ ਆਪਣੇ ਆਪ ਗੋਦਾਮ ਖੋਲ੍ਹਿਆ ਹੈ, ਅਤੇ ਅਸੀਂ ਉਹਨਾਂ ਦੇ ਸਾਹਮਣੇ ਹੀ ਖੋਲ੍ਹਾਂਗੇ ਅਤੇ ਅਸੀਂ ਆਪਣਾ ਸਟਾਕ ਚੈੱਕ ਕਰਾਂਗੇ ਵੀ ਕੀ ਚੋਰੀ ਹੋਈ ਹੈ, ਤਾਂ ਹੀ ਪਤਾ ਲੱਗੇ। ਉਹਦੇ ਵਿੱਚ ਇੱਕ ਵਾਰਾਂ ਤਾਂ ਅਪਰੋਕਸੀਮੇਟ ਮੈਨੂੰ ਪੂਰਾ ਤਾਂ ਯਾਦ ਨਹੀਂ, 300 ਬੋਰੀ ਦੇ ਅਪਰੋਕਸ ਸੀਗੀ ਚੋਰੀ, ਅਤੇ ਇੱਕ ਵਾਰਾਂ ਸੀਗੀ ਮੇਰੇ ਖਿਆਲ 70-80 ਬੋਰੀਆਂ ਦੇ ਕਰੀਬ ਜਿਹੜੀਆਂ ਕਣਕ ਦੀਆਂ ਚੋਰੀ ਹੋਈਆਂ ਸੀ। ਅਤੇ ਤੁਹਾਡੇ 'ਤੇ ਸਿਕਿਉਰਿਟੀ ਇੰਚਾਰਜ ਰੱਖਿਆ ਜੀ ਕੋਈ? ਬਿਲਕੁਲ ਜੀ, ਰੱਖੇ ਹੋਏ ਆ ਜੀ। ਸਿਕਿਉਰਿਟੀ ਇੰਚਾਰਜ ਨੂੰ ਇਹੀ ਆ ਜੀ? ਜੀ ਬਿਲਕੁਲ ਇਹ ਨਾ। ਦੱਸੋ ਜੀ ਤੁਸੀਂ, ਮਤਲਬ ਤੁਸੀਂ ਕਿੱਥੇ ਸੀਗੇ ਉਸ ਟਾਈਮ ਜਦੋਂ ਚੋਰੀ ਹੋਈ ਆ? ਅਸੀਂ ਬਾਹਰ ਸੀਗੇ ਗੇਟ 'ਤੇ। ਬਾਹਰ ਗੇਟ 'ਤੇ? ਤੁਹਾਨੂੰ ਡਿਊਟੀ ਤੁਹਾਡੀ ਗੇਟ 'ਤੇ ਹੁੰਦੀ ਆ ਜਾਂ ਮਤਲਬ ਇੱਥੇ ਰਾਊਂਡ ਦੀ ਵੀ ਹੁੰਦੀ ਹੈ? ਰਾਊਂਡ ਦੀ ਸ਼ਾਮ ਸੁਬਹ ਹੁੰਦੀ ਹੈ ਜੀ, ਅਸੀਂ ਸਵੇਰ 7 ਵਜੇ ਗੇੜਾ ਮਾਰਿਆ ਉੱਥੇ। ਅੱਛਾ, ਤਾਂ ਦੇਖਿਆ ਤਾਂ ਵੀ ਧੁੰਦ ਬਹੁਤ ਜ਼ਿਆਦਾ ਸੀਗੀ। ਅਤੇ ਤੁਹਾਨੂੰ ਕੁਛ ਨਹੀਂ ਪਤਾ ਲੱਗਿਆ ਵੀ ਚੋਰੀ ਹੋ ਰਹੀ ਹੈ? ਉਸ ਤਰ੍ਹਾਂ ਧੁੰਦ ਸੁਣਾਈ ਨਹੀਂ ਦਿੰਦੀ, ਬਹੁਤ ਅਨੇਰ, ਬਹੁਤ ਜ਼ਿਆਦਾ ਅਨੇਰਾ ਸੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਪਹਿਲੇ ਤਾਂ ਅਸੀਂ ਯੂਪੀ ਦੇ ਰਹਿਣ ਵਾਲੇ, ਹੁਣ ਇੱਥੇ ਰਹੀ 10-40 ਸਾਲ ਤੋਂ। ਅੱਛਾ, ਅਤੇ ਤੁਹਾਨੂੰ ਸਰ ਕਿਸੇ 'ਤੇ ਕੋਈ ਸ਼ੱਕ? ਸ਼ੱਕ ਸਰ ਅਪਰੋਕਸ ਅਸੀਂ ਲੇਬਰ ਲਈ ਸੀ ਬਾਹਰੋਂ, ਮੇਰੇ ਖਿਆਲ ਦੇ ਉਹਨਾਂ ਦੇ ਵਿੱਚੋਂ ਹੀ ਆਦਮੀ ਹੋ ਸਕਦੇ ਆ। ਦੂਜੇ ਪਾਸੇ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਪਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। 10 ਵਜੇ ਦੇ ਕਰੀਬ ਫੋਨ ਗਿਆ ਕਿ ਸਾਡੇ ਗੋਦਾਮ ਦੇ ਵਿੱਚ ਚੋਰੀ ਹੋਈ ਹੈ। ਫੋਨ ਜਾਣ ਤੋਂ ਤੁਰੰਤ ਬਾਅਦ ਦੇ ਵਿੱਚ ਏਐਸਸੀ ਨਰਿੰਦਰ ਜੀ ਤੇ ਏਐਸਸੀ ਪ੍ਰੀਤਮ ਸਿੰਘ ਜੀ ਮੌਕੇ ਤੇ ਆ ਗਏ ਸੀਗੇ। ਉਹਨਾਂ ਨੇ ਆ ਕੇ ਮੌਕਾ ਵੇਖ ਕੇ ਦੱਸਿਆ ਵੀ ਮਸਲਾ ਥੋੜ੍ਹਾ ਜਿਹਾ ਚੋਰੀ ਦਾ ਕੁਛ ਸ਼ੱਕੀ ਜਿਹਾ ਲੱਗਦਾ ਕੁਝ ਵੀ ਆ, ਅਤੇ ਮੈਂ ਵੀ ਮੌਕੇ 'ਤੇ ਆ ਗਿਆ, ਪੜਤਾਲ ਕਰ ਰਹੇ ਹਾਂ। ਬਾਬੂ ਜੀ ਵੀ ਕੋਲ ਹੀ ਨੇ, ਇਹ ਲੀਲਾਵਤੀ ਗੋਦਾਮ ਨੇ ਥਾਣੇ ਸਦਰ ਦੇ ਨੇੜੇ ਜੀ। ਸਵੇਰੇ 10 ਵਜੇ ਰਿਪੋਰਟ ਦਿੱਤੀ ਸੀ ਅਸੀਂ, ਮੈਂ ਚੰਗੀ ਤਰ੍ਹਾਂ ਪੜਤਾਲ ਕਰਕੇ ਸਾਰੀ ਜਿਹੜੀ ਹੈ ਜੀ, ਜਿਹੜੀ ਵੀ ਬਣਦੀ ਕਾਰਵਾਈ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਜੋ ਵੀ ਬਣਦੀ ਹੈ ਕਾਰਵਾਈ ਕਾਰਵਾਈ ਹੋਏਗੀ, ਅਤੇ ਚੋਰਾਂ ਨੂੰ ਫੜਨ ਦੀ ਹਰ ਸੰਭਵ ਕੋਸ਼ਿਸ਼ ਕਰਕੇ ਇਹਨਾਂ ਨੂੰ ਹਰ ਹਾਈਲੇ ਟਰੇਸ ਕੀਤਾ ਜਾਊਗਾ। ਜਿਹੜੀ ਪਹਿਲਾਂ ਚੋਰੀ ਹੋਈ ਆ ਉਹਦੇ ਬਾਰੇ ਮੈਨੂੰ ਕੋਈ ਹਾਲੀ ਨੌਲੇਜ ਨਹੀਂ, ਕਿਉਂਕਿ ਉਹ ਮੈਨੂੰ ਤਾਂ ਮੇਰੇ ਹੁੰਦਿਆਂ 'ਤੇ ਪਹਿਲੀ ਵਾਰੀ ਹੋਈ ਆ। ਕਦੋਂ ਦੀ ਚੋਰੀ ਹੋਈ ਹੈ ਤੁਹਾਨੂੰ ਮੈਂ ਪੁੱਛ ਲੈਣਾ, ਉਹ ਵੀ ਗੱਲ ਕਰਾਂਗੇ ਜਿਹੜਾ ਪਰਚਾ ਦਰਜ। ਠੀਕ ਹੈ, ਮਤਲਬ ਹਰ ਸੰਭਵ ਕੋਸ਼ਿਸ਼ ਕਰਕੇ ਜਿਹੜੀ ਆ ਨਾ ਜੀ, ਹਰ ਹਾਲਤ ਦੇ ਵਿੱਚ ਚੋਰ ਜਿਹੜੇ ਆ ਉਹ ਫੜੇ ਜਾਣਗੇ। ਜਗਰਾਓ ਤੋਂ ਦਵਿੰਦਰ ਜੈਨ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਬਾਬਾ ਸੁਲਤਾਨ ਬੰਗਾਲੀ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੀ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ। ਓਪਨ ਚੈਲੰਜ ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਾਰੰਟੀ, ਅਸਟਾਮ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਜਾਨਬਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ, ਫੋਨ 95-603-92-450, 95-603-92-451। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ, ਦੈਨਿਕ ਸਵੇਰਾ ਟਾਈਮਜ਼।